ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਾਲਾਤ ਇਸ ਵੇਲੇ ਪੰਜਾਬ ਦੇ ਵਿੱਚ ਬਿਜਲੀ ਦੇ ਬਣੇ ਹੋਏ ਆ ਕਿਸਾਨਾਂ ਨੂੰ ਜਿਹੜਾ ਖੂਨ ਦੇ ਹੰਝੂ ਬਹਾਉਣ ਵਾਸਤੇ ਮਜਬੂਰ ਕੀਤਾ ਹੋਇਆ ਵਾਦੇ ਤੇ ਦਾਅਵੇ ਇਹਨਾਂ ਸਰਕਾਰਾਂ ਦੇ ਸੁਣੇ ਨਹੀਂ ਸੀ ਜਾਂਦੇ ਇੰਜ ਲੰਗ ਲੱਗ ਰਿਹਾ ਸੀ ਜਿਸ ਦਿਨ ਇਹਨਾਂ ਸਰਕਾਰਾਂ ਨੇ ਮੈਨੀਫੈਸਟੋ ਜਾਰੀ ਕੀਤੇ ਅੱਜ ਵੀ ਨਵੇਂ-ਨਵੇਂ بڑے-ਬڑے ਐਲਾਨ ਹੋ ਰਹੇ ਆ ਚੋਗੇ ਪਾਏ ਜਾ ਰਹੇ ਆ ਪਰ ਅੱਜ ਜੋ ਹਾਲਾਤ ਕਿਸਾਨ ਦੇ ਬਣੇ ਹੋਏ ਆ ਕਟੋ-ਕਟ 8 ਘੰਟੇ ਦੀ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਦੀ ਗੱਲ ਕਰਨ ਵਾਲਾ ਪ੍ਰਸ਼ਾਸਨ ਬਿਜਲੀ ਬੋਰਡ ਤੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਬੋਰਡ ਅੱਜ ਆਪਣਾ ਅਸਮਰੱਥਾ ਜਤਾ ਰਿਹਾ ਕਿ ਅਸੀਂ ਬਿਜਲੀ ਦੇਣ ਦੇ ਵਿੱਚ ਅਸਮਰੱਥ ਹਾਂ ਮੇਰੀ ਹੁਣੇ-ਹੁਣੇ ਗੱਲ ਟਾਂਡੇ ਦੇ ਜਿਹੜੇ ਭੋਗਪੁਰ ਬਲਾਕ ਚ ਪੈਂਦੇ ਆ ਐਕਸ਼ਨ ਸਾਹਿਬ ਉਹਨਾਂ ਨਾਲ ਗੱਲ ਹੋਈ ਤਾਂ ਦਸੂਹੇ ਵਾਲੇ ਜਿਹੜੇ ਜਿਹੜੇ ਮਿਆਣੀ ਏਰੀਏ ਦਾ ਵੀ ਫੀਡਰ ਵੀ ਉਹਨਾਂ ਦੇ ਵਿੱਚ ਪੈਂਦਾ ਐਕਸ਼ਨ ਸਾਹਿਬ ਉਹਨਾਂ ਨੇ ਤਾਂ ਫੋਨ ਨਹੀਂ ਚੱਕਿਆ ਸੋ ਮੇਰੇ ਵੀਰੋ ਦੋਸਤੋ ਬੇਨਤੀ ਇਹ ਆ ਕਿ ਸਰਕਾਰਾਂ ਸਿਰਫ ਤੇ ਸਿਰਫ ਦਾਵਿਆਂ ਵਾਦਿਆਂ ਲਾਰਿਆਂ ਤੇ ਲੌਲੀਪੌਪ ਤੱਕ ਸੀਮਤ ਰਹਿ ਗਈਆਂ ਜੇ ਤਾਂ ਤੁਸੀਂ ਆਪਣਾ ਬਚਾਉਣਾ ਹੈ ਬੱਚਿਆਂ ਦਾ ਰੋਜ਼ਗਾਰ ਬਚਾਉਣਾ ਹੈ ਤੇ ਇਕਜੁੱਟ ਹੋ ਕੇ ਇਹਨਾਂ ਸਰਕਾਰਾਂ ਦੇ ਮੂੰਹ ਭੰਡਣੇ ਸ਼ੁਰੂ ਕਰ ਦਿਓ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਕਿ ਕੱਲ ਹਾਜੀਪੁਰ ਚੌਂਕ ਦੇ ਵਿੱਚ ਵੱਡਾ ਪ੍ਰਦਰਸ਼ਨ ਹੋ ਰਿਹਾ ਸਾਰੀ ਹੀ ਕਿਸੇ ਵੀ ਅਨਸਖਾਵੀ ਘਟਨਾ ਦੀ ਜ਼ਿੰਮੇਵਾਰੀ ਸਰਕਾਰ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਜੇ ਤਾਂ ਗੱਲਬਾਤ ਨਾਲ ਮਸਲਾ ਹੱਲ ਹੋ ਜਾਏ ਨਹੀਂ ਤਾਂ ਸਾਡੀ ਮਜਬੂਰੀ ਹੈ ਸ਼ਾਂਤਮਈ ਰਹਿ ਕੇ ਧਰਨਾ ਪ੍ਰਦਰਸ਼ਨ ਕਰਨਾ ਸੋ ਮੇਰੀ ਕਿਸਾਨ ਵੀਰੋ ਬੇਨਤੀ ਆ ਉਹ ਗਿਆ ਤਾਂ ਮੈਂ ਕੀ ਕਰਨ ਜਾਣਾ ਉਹ ਗੱਲ ਨਾ ਹੋਵੇ ਜੇ ਤਾਂ ਉੱਜਣ ਨਾ ਜੇ ਲਿਮਟਾਂ ਚੱਕ ਕੇ ਫਸਲਾਂ ਪਾਲਣੀਆਂ ਫੇਰ ਤਾਂ ਆਪਣੇ ਘਰਾਂ ਚ ਬੈਠੇ ਰਹੋ ਜੇ ਤਾਂ ਕੋਈ ਦਰਖਤ ਦੇਖਣਾ ਹੈ ਤੇ ਉਹਦੇ ਨਾਲ ਫਹਾ ਲੈਣਾ ਹੈ ਫੇਰ ਤਾਂ ਆਪਣੇ ਘਰ ਬੈਠੇ ਰਹੋ ਤੇ ਰੱਸੇ ਦਾ ਕਰ ਲਓ ਇੰਤਜ਼ਾਮ ਜਾਫਰ ਸਲਫਾਸ ਦਾ ਇੰਤਜ਼ਾਮ ਕਰ ਲਓ ਤੇ ਜੇ ਹੱਕ ਦੀ ਲੜਾਈ ਲੜਨੀ ਹੈ ਜੇ ਹੱਕ ਲੈਣਾ ਹੈ ਤੇ ਫੇਰ ਹਾਜੀਪੁਰ ਚੌਂਕ ਦੇ ਵਿੱਚ ਕੱਲ ਪ੍ਰਦਰਸ਼ਨ ਹੈ ਬਿਜਲੀ ਦੇ ਮਾੜੇ ਪ੍ਰਬੰਧਾਂ ਦੇ ਖਿਲਾਫ ਝੂਠੇ ਵਾਅਦਿਆਂ ਦੇ ਖਿਲਾਫ ਤੇ ਦੂਸਰੇ ਬੰਨੇ ਜਲਦੀ ਹੀ ਟਾਂਡੇ ਦੇ ਵਿੱਚ ਵੀ ਪ੍ਰੋਗਰਾਮ ਤੈਅ ਕੀਤਾ ਜਾਵੇਗਾ ਕੋਸ਼ਿਸ਼ ਇਹੀ ਹੈ ਕਿ ਹੱਲ ਕੱਲ ਦੇ ਹਾਜੀਪੁਰ ਵਾਲੇ ਪ੍ਰਦਰਸ਼ਨ ਦੇ ਵਿੱਚ ਹੀ ਹੋ ਜਾਏ ਧਰਨੇ ਦੇ ਵਿੱਚ ਹੀ ਹੋ ਜਾਏ ਟਾਂਡੇ ਵਾਲਿਓ ਤੁਹਾਨੂੰ ਵੀ ਬੇਨਤੀ ਹੈ ਚਲਾਂਗ ਵਾਲਿਓ ਭੋਗਪੁਰ ਵਾਲਿਓ ਤੁਹਾਨੂੰ ਵੀ ਬੇਨਤੀ ਹੈ ਵੱਧ ਤੋਂ ਵੱਧ ਹਾਜੀਪੁਰ ਚੌਂਕ ਦੇ ਵਿੱਚ ਪਹੁੰਚੋ ਤਾਂ ਕਿ ਅਸੀਂ ਆਪਣੇ ਆਪ ਦੀ ਹੁੰਦੀ ਲੁੱਟ ਨੂੰ ਰੋਕ ਸਕੀਏ ਅੱਜ ਜਦੋਂ ਮੇਰੀ ਬਿਜਲੀ ਮਾਈਕਮੇ ਦੇ ਅਧਿਕਾਰੀਆਂ ਨਾਲ ਗੱਲ ਹੋਈ ਹੈ ਤੇ ਉਹਨਾਂ ਦਾ ਜਵਾਬ ਸੀ ਕਿ ਅਸੀਂ ਸਮਰੱਥ ਹਾਂ ਅਸੀਂ ਆ ਸਮਰੱਥ ਹਾਂ ਅਸੀਂ ਵੀ ਤੁਹਾਡੇ ਨਾਲ ਬੈਠਾਂਗੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਵੀ ਆਓ ਸਾਡੇ ਨਾਲ ਬੈਠੋ ਝੂਠ ਦਾ ਪਹਿਰਾ ਦੇਣ ਨਾਲੋਂ ਸਾਡਾ ਆਪਣੇ ਹੱਕਾਂ ਤੇ ਖੜ ਜਾਣਾ ਜ਼ਰੂਰੀ ਹੈ ਤਨਖਾਹਾਂ ਵੀ ਤੁਹਾਨੂੰ ਤਾਂ ਹੀ ਮਿਲਦੀਆਂ ਭਰਾਓ ਤੁਸੀਂ ਕੋਈ ਦੂਸਰੇ ਅਸਮਾਨ ਤੋਂ ਨਹੀਂ ਬਾਹਰੋਂ ਨਹੀਂ ਆਏ ਇਹਨਾਂ ਹੀ ਕਿਸਾਨਾਂ ਇਹਨਾਂ ਜ਼ਿਮੀਂਦਾਰਾਂ ਦੇ ਪੁੱਤ ਭਤੀਜੇ ਭਰਾ ਤੇ ਪਿਓ ਤੁਹਾਡਾ ਫਰਜ਼ ਬਣਦਾ ਹੈ ਸੱਚ ਹੱਕ ਦੀ ਆਵਾਜ਼ ਬੁਲੰਦ ਕਰਨਾ ਮੈਕਸੀਅਨ ਸਾਹਿਬ ਨੂੰ ਕਿਹਾ ਸੀ ਕਿ ਐਸੀ ਸਾਹਿਬ ਨੂੰ ਤੁਸੀਂ ਇੱਕ ਮੇਲ ਕਰੋ ਉਹਨਾਂ ਨੂੰ ਦੱਸੋ ਕਿ ਕੱਲ ਦੇ ਪ੍ਰਦਰਸ਼ਨ ਦੇ ਵਿੱਚ ਮੈਨੇਜਮੈਂਟ ਬੋਰਡ ਨੂੰ ਦੱਸ ਦਿਓ ਕਿ ਉਹਨਾਂ ਨੂੰ ਆਉਣਾ ਪੈਣਾ ਹੈ ਉਹਨਾਂ ਦਾ ਅਧਿਕਾਰੀ ਆਏਗਾ ਤੇ ਰੋਸ ਪ੍ਰਦਰਸ਼ਨ ਰੁਕਣਾ ਹੈ ਨਹੀਂ ਤੇ ਜਿੰਨੇ ਦਿਨ ਤੁਸੀਂ ਰੁਕ ਕਹੋਗੇ ਉਹਨੇ ਦਿਨ ਬੈਠਾਂਗੇ ਟ੍ਰੈਫਿਕ ਜਾਮ ਕਰਾਂਗੇ ਜੋ ਵੀ ਸਾਡਾ ਤੋਂ ਹੋਇਆ ਅਸੀਂ ਕਰਾਂਗੇ ਸੋ ਮੇਰੀ ਬੇਨਤੀ ਹੈ ਕੱਲ 9 ਵਜੇ ਹਾਜੀਪੁਰ ਚੌਂਕ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਤਾਂ ਕਿ ਅਸੀਂ ਆਪਣੇ ਹੱਕ ਦੀ ਲੜਾਈ ਲੜ ਸਕੀਏ ਕਿਤੇ ਇਹ ਨਾ ਹੋਵੇ ਕਿ ਸਾਨੂੰ ਜਿਹੜੀਆਂ ਘਰਾਂ ਦੀ ਲਾਈਟ ਜਿਹੜੀ ਆ ਉਹਦੇ ਵੀ ਬਿੱਲ ਦੇਣੇ ਬੰਦ ਕਰਨੇ ਪੈਣ ਇਹ ਨਾ ਹੋਵੇ ਕਿ ਸਾਨੂੰ ਸਵਾਲ ਇਹਨਾਂ ਲੀਡਰਾਂ ਦੇ ਘਰਾਂ ਦੇ ਮੋਰੇ ਜਾ ਕੇ ਕਰਨਾ ਪਵੇ ਇਹਨਾਂ ਦੇ ਚੋਣ ਮੈਨੀਫੈਸਟੋ ਚੱਕ ਕੇ ਕੋਈ ਅੱਜ 200 ਯੂਨਿਟ ਫ੍ਰੀ ਕਰ ਰਿਹਾ ਕੋਈ 300 ਯੂਨਿਟ ਫ੍ਰੀ ਕਰ ਰਿਹਾ ਇਹ ਬਿਜਲੀ ਆਉਣੀ ਕਿੱਥੋਂ ਆ ਤੁਸੀਂ ਲਾ ਰਹਿਆਂ ਦਾਅਵਿਆਂ ਦੇ ਤੇ ਝੂਠੀਆਂ ਸੌਹਾਂ ਖਾਣ ਵਾਲੇ ਲੀਡਰੋ ਇੱਕ ਗੱਲ ਯਾਦ ਰੱਖਿਓ ਕਿ ਤੁਹਾਨੂੰ ਇੱਕ ਇੱਕ ਗੱਲ ਦਾ ਜਵਾਬ ਦੇਣਾ ਪੈਣਾ ਹੈ ਪੰਜਾਬ ਜਾਗ ਰਿਹਾ ਹੈ ਇਹ ਹੁਣ ਖੁਦਕੁਸ਼ੀਆ ਨਹੀਂ ਕਰੇਗਾ ਇਹ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰੇਗਾ ਸਾਰੇ ਹੀ ਵੀਰ ਇਸ ਗੱਲ ਨੂੰ ਲੈ ਕੇ ਨਾ ਚੱਲਿਓ ਕਿ ਇਹ ਸਾਡਾ ਨਹੀਂ ਇਹ ਕਿਸੇ ਇੱਕ ਕਮੇਟੀ ਦਾ ਵੀ ਨਹੀਂ ਇਹ ਸਾਰਿਆਂ ਦਾ ਮਸਲਾ ਹੈ ਸਾਰਿਆਂ ਨੇ ਰਲ ਕੇ ਹੱਲ ਕਰਨਾ ਹੈ ਸੋ ਕੱਲ 9 ਵਜੇ ਹਾਜੀਪੁਰ ਚੌਂਕ 'ਚ ਪਹੁੰਚੋ ਟਾਂਡੇ ਵਾਲੇ ਚੁਲਾੰਗ ਵਾਲੇ ਭੋਗਪੁਰ ਵਾਲੇ ਵੀ ਪਹੁੰਚਣ ਤਾਂ ਕਿ ਹੱਲ ਹੋ ਸਕੇ ਅਸੀਂ ਹਰ ਹੱਲ ਨੂੰ ਸ਼ਾਂਤਮਈ ਰਹਿ ਕੇ ਕਰਵਾਉਣਾ ਚਾਹੁੰਦੇ ਆਂ ਔਰ ਸ਼ਾਂਤਮਈ ਰਹਾਂਗੇ ਔਰ ਵੱਡਾ ਕੱਟ ਕਰਕੇ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ